ਚੋਰਾਂ ਦੇ ਵੱਲੋਂ ਇੰਨੀ ਸਫਾਈ ਦੇ ਨਾਲ ਚੋਰੀ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਮਿਲਦੀ। ਤਸਵੀਰਾਂ ਬੈਂਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬਜ਼ੁਰਗ ਦੇ 50,000 ਇੱਕ ਨੌਜਵਾਨ ਦੇ ਵੱਲੋਂ ਕੱਢੇ ਗਏ ਨੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਬਜ਼ੁਰਗ ਦੇ ਹੱਥ ਦੇ ਵਿੱਚ ਪੈਸਿਆਂ ਵਾਲਾ ਲਿਫਾਫਾ ਹੈ, ਇੱਕ ਨੌਜਵਾਨ ਜਿਸ ਦੇ ਸਿਰ 'ਤੇ ਟੋਪੀ ਅਤੇ ਕਾਲੀ ਜੈਕਟ ਪਾਈ ਹੋਈ ਹੈ। ਬਜ਼ੁਰਗ ਦੇ ਕੋਲ ਖੜ੍ਹਾ ਹੋ ਜਾਂਦਾ ਔਰ ਬਲੇਡ ਦੇ ਨਾਲ ਹੌਲੀ ਹੌਲੀ ਇਸ ਲਿਫਾਫੇ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਔਰ ਇਸ ਲਿਫਾਫੇ ਦੇ ਵਿੱਚ 50,000 ਪਏ ਨੇ, ਜਿਸ ਨੂੰ ਲੈ ਕੇ ਇਹ ਨੌਜਵਾਨ ਇੱਥੋਂ ਫਰਾਰ ਹੋ ਜਾਂਦਾ। ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਦੱਸ ਦਈਏ ਕਿ ਇੱਕ ਬਜ਼ੁਰਗ ਦੇ ਵੱਲੋਂ ਬੈਂਕ ਦੇ ਵਿੱਚ ਆਪਣੇ ਇੱਕ ਖਾਤੇ ਦੇ ਵਿੱਚੋਂ 50,000 ਕਢਵਾਏ ਗਏ ਔਰ ਦੂਜੇ ਖਾਤੇ ਦੇ ਵਿੱਚੋਂ ਹੋਰ ਪੈਸੇ ਕਢਵਾਉਣ ਦੇ ਲਈ ਜਦ ਉਹ ਫਾਰਮ ਭਰਨ ਗਿਆ ਤਾਂ ਇਸ ਨੌਜਵਾਨ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਤਸਵੀਰਾਂ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬੈਂਕ ਦੇ ਵਿੱਚ ਇਸ ਬਜ਼ੁਰਗ ਨੂੰ ਲੁੱਟਿਆ ਗਿਆ। ਇਸ ਬਜ਼ੁਰਗ ਦੇ ਨਾਲ ਮਾੜਾ ਹੋਇਆ। ਇੱਕ ਨੌਜਵਾਨ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ, ਸ਼ਾਤਰ ਦਿਮਾਗ ਦੇ ਨਾਲ ਬਜ਼ੁਰਗ ਦੇ 50,000 ਰੁਪਏ ਗਾਇਬ ਕੀਤੇ ਗਏ ਤਾਂ ਕਿਸੇ ਨੂੰ ਕੰਨੋ ਕੰਨ ਵੀ ਖਬਰ ਨਾ ਹੋਈ। ਦੱਸ ਦਈਏ ਕਿ ਇਸ ਬੈਂਕ ਦੇ ਵਿੱਚ ਭੀੜ ਵੀ ਨਹੀਂ ਸੀ, ਇੱਕਾ ਦੁੱਕਾ ਲੋਕ ਇੱਥੇ ਆਏ ਹੋਏ ਸੀ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਬਜ਼ੁਰਗ ਦੇ ਲਿਫਾਫੇ ਦੇ ਵਿੱਚੋਂ 50,000 ਰੁਪਏ ਚੋਰੀ ਕੀਤੇ ਗਏ। ਸਰ ਮੈਂ ਤਕਰੀਬਨ 10:30 ਨਾ ਪੰਜਾਬ ਨੈਸ਼ਨਲ ਬੈਂਕ GT Road ਤੋਂ ਪੈਸੇ ਕਢਾਉਣ ਆਇਆ ਸੀ ਅਤੇ ਮੈਂ ਆ ਕੇ ਫਾਰਮ ਭਰਵਾ ਕੇ 50,000 ਰੁਪਇਆ ਕਢਵਾਇਆ। 50,000 ਰੁਪਇਆ ਕਢਵਾਇਆ ਤਾਂ ਮੈਂ ਜਦੋਂ ਇਹ ਝੋਲੇ 'ਚ ਪਾ ਕੇ ਚੱਲਣ ਲੱਗਾ ਅਤੇ ਮੈਂ ਕਿਹਾ ਚਲੋ 50,000 ਦੂਸਰੇ ਖਾਤੇ 'ਚੋਂ ਹੋਰ ਵੀ ਕਢਾ ਲੈਂਦੇ। ਦੂਸਰੇ ਖਾਤੇ 'ਚੋਂ ਵੀ ਮੈਂ 50,000 ਰੁਪਇਆ ਹੋਰ ਕਢਾਇਆ ਤਾਂ ਜਿਹੜਾ ਪਹਿਲੇ ਵਾਲਾ ਸੀ ਜਦੋਂ ਮੈਂ ਉਹ ਲੈਣ ਗਿਆ ਅਤੇ ਉਹ ਝੋਲੇ ਨੂੰ ਮੈਂ ਦੇਖਿਆ ਝੋਲੇ 'ਚ 50,000 ਰੁਪਇਆ ਹੈ ਨਹੀਂ ਸੀ। ਜਦੋਂ ਮੈਂ ਦੇਖਿਆ ਤਾਂ ਇਹਦੇ ਵਿੱਚ ਨਾ ਬਲੇਡ ਲਗਾਇਆ ਸੀ ਆਪਣਾ, ਇਹ ਦੇਖੋ ਇਹ ਬਲੇਡ ਮਾਰ ਕੇ ਤਾਂ 50,000 ਰੁਪਇਆ ਕੋਈ ਪੈਸੇ ਕੱਢ ਕੇ ਲੈ ਗਿਆ ਜੀ। ਕੁਛ ਪਤਾ ਲੱਗਾ ਕਿ ਕੌਣ ਸੀ ਤੁਹਾਡੇ ਲਾਗੇ, ਕੌਣ? ਕੁਛ ਨਹੀਂ, ਨਹੀਂ ਰਸ਼ ਵੀ ਇੰਨਾ ਹੈ ਨਹੀਂ ਸੀ, ਬੰਦੇ ਵੀ 2-4 ਹੀ ਸੀ ਤਾਂ 1-2 ਜਨਾਨੀਆਂ ਸੀ ਅਤੇ ਪਤਾ ਨਹੀਂ ਲੱਗਾ ਕੌਣ ਲੈ ਗਿਆ। ਵੈਸੇ ਫਿਰ ਮੈਂ ਕੈਸ਼ੀਅਰ ਨੂੰ ਪੁੱਛਿਆ ਅਤੇ ਆਪਣਾ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਪੈਸੇ ਦੇ ਦਿੱਤੇ ਸੀ ਤਾਂ ਮੈਂ ਕਿਹਾ ਜੀ ਉਹ ਫਿਰ ਮੈਨੂੰ ਫੋਟੋ ਹੀ ਦਿਖਾ ਦਿਓ। ਉਹ ਕਹਿੰਦੇ ਹੁਣ ਮੈਨੇਜਰ ਸਾਹਿਬ ਇੱਥੇ ਨਹੀਂ ਆ ਅਤੇ ਇੱਕ ਘੰਟਾ ਉਹਨਾਂ ਦਾ ਉੱਥੇ ਵੇਟ ਕੀਤਾ, ਮੈਨੂੰ ਉਹ ਫੋਟੋ ਵੀ ਨਹੀਂ ਉਹਨੇ ਦਿਖਾ ਲਈ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਨੂੰ? ਮੰਗ ਕਰਦੇ ਫੋਟੋ ਦਿਖਾ ਕੇ ਚੋਰ ਫੜਿਆ ਜਾਏ ਤਾਂ ਮੈਨੂੰ ਮੇਰੇ ਪੈਸੇ ਮਿਲਣੇ ਚਾਹੀਦੇ। ਇਹ ਬਖਸ਼ੀਸ਼ ਸਿੰਘ ਹੈ ਜੀ, ਪਿੰਡ ਕਾਲੋਵਾਲ ਤੋਂ, 65 ਸਾਲ ਦੀ ਇਹਨਾਂ ਦੀ ਏਜ ਹੈ। 10:30 ਪੰਜਾਬ ਨੈਸ਼ਨਲ ਬੈਂਕ ਅਤੇ ਦਸੂਹੇ ਵਿਖੇ ਆਪਣੇ ਪੈਸੇ ਕਢਵਾਉਣ ਲਈ ਆਏ ਸੀ ਤਾਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਕਿ ਇੱਦਾਂ ਕਰਕੇ ਉਹਨਾਂ ਦੇ 50,000 ਰੁਪਏ ਕੋਈ ਜਿਹੜਾ ਵਿਅਕਤੀ ਹੈਗਾ ਬੈਂਕ ਦੇ ਵਿੱਚੋਂ ਹੀ ਕੋਈ ਉਹਨੂੰ ਚੀਟਿੰਗ ਕਰਕੇ ਲੈ ਗਿਆ ਹੈਗਾ ਅਤੇ ਬਾਕੀ ਫਿਰ ਅਸੀਂ ਮੌਕੇ 'ਤੇ ਬੈਂਕ ਦੇ ਵਿੱਚ ਉਹਨਾਂ ਨਾਲ ਜਾ ਕੇ ਪੁੱਜੇ ਸੀ। ਉੱਥੇ CCTV ਫੋਟੋਜ਼ ਵਗੈਰਾ ਅਸੀਂ ਚੈੱਕ ਕੀਤੀਆਂ, ਉਹ ਚੈੱਕ ਕਰਨ ਤੋਂ ਪਾਇਆ ਗਿਆ ਕਿ ਕੋਈ ਅਣਪਛਾਤਾ ਵਿਅਕਤੀ ਹੈ ਜੇ ਕਲੀਅਰ ਨਹੀਂ ਹੈ ਕੌਣ ਹੈ ਉਹ। ਉੱਥੇ ਕੋਈ ਕੈਪ ਉਹਦੇ ਪਾਈ ਹੈਗੀ ਹੈ ਅਤੇ ਉਹਦੇ ਲੱਗਦਾ ਪਿਆ ਵੀ ਉਹਦੇ ਵੱਲੋਂ ਕੋਈ ਇਹ ਜਿਹੜੀ ਵਾਰਦਾਤ ਕੀਤੀ ਗਈ ਹੈਗੀ ਹੈ। ਬਾਕੀ ਫਿਰ ਵੀ ਅਸੀਂ ਪ੍ਰੋਪਰ ਇਹਦੀ ਡੂੰਘਾਈ ਨਾਲ ਹੋਰ ਅਗਾਂਹ ਜਾਂਚ ਪੜਤਾਲ ਕਰਾਂਗੇ, CCTV ਵਗੈਰਾ ਕੈਮਰੇ ਚੈੱਕ ਕਰਾਂਗੇ ਅਤੇ ਜੋ ਬਣਦੀ ਕਾਨੂੰਨ ਕਾਰਵਾਈ ਕਰਾਂਗੇ ਅਸੀਂ।